ਇੰਨੀ ਧੁੱਪ ਜੇ ਕਿੱਥੇ ਫਿਰਨ ਡੇ ਹੋ? ਕੋਈ ਜਿੰਨ ਚਰੇਲਾਂ ਚ ਮਰਾਣੀਆਂ ਜੇ ਕਬਰਸਤਾਨਾਂ ਚ ਫਿਰਨ ਡੇ ਹੋ? ਮੈਂ ਜਿੰਨ ਚਰੇਲਾਂ ਨੂੰ ਆਪੀ ਚੰਬ ਜਾਂਦਾ। ਅੱਛਾ ਜੀ, ਕਿੰਨੀਆਂ ਨੂੰ ਚੰਬੜੇ ਹੋ? ਬਈਆਂ ਨੂੰ ਚੰਬੜੇ ਆ। ਹਾਂ, ਇੱਥੇ ਕੀ ਕਰ ਰਹੇ ਹੋ? ਹੋਰ ਦੱਸੋ ਕੀ ਖਾਣਾ ਜੀ? ਦੱਸੋ, ਤੁਹਾਡੇ ਲਈ ਜਾਨ ਵੀ ਹਾਜ਼ਰ ਹੈ। ਚੌਲ ਮਿੱਠੇ ਖਵਾ ਦੇਣਾ। ਅੱਛਾ ਜੀ, ਚਲੀਏ। ਸਭ ਨੂੰ ਅਸਲਾਮ ਅਲੈਕੁਮ, ਕੀ ਹਾਲ ਹੈ? ਸੋਹਣੇ ਹੋ? ਜਿਨ੍ਹਾਂ ਬਜ਼ੁਰਗਾਂ ਨੂੰ ਸਤਾਇਆ ਉਹਨਾਂ ਸੌ ਕਦੇ ਨੀ ਪਾਇਆ। ਹਮਜ਼ਾ ਸਿੱਧੂ ਮਿੰਬਰਾਂ ਦੇ ਖੁਆਲ ਇੱਕ ਵਾਰੀ ਫੇਰ ਆਇਆ ਤੇ ਇੱਕ ਵਾਰੀ ਫੇਰ ਆਇਆ। ਚਾਚੂਆਂ ਦੀ ਥੋੜ੍ਹੀ ਕਿ ਗੱਲ ਦੱਸਣੀ ਸੀ ਤੇ ਚਾਚੂ ਨੇ ਮਤਲਬ ਇੰਜ ਕਿਉਂ ਨੇ? ਪਹਿਲੀ ਗੱਲ ਤੇ ਨਾ ਦੇਖੋ, ਇਹਨੂੰ ਇਹ ਗੱਲ ਸੱਚੀ ਹੈ ਕਿ ਨਹੀਂ? ਇਹਨਾਂ ਵਾਲੀ ਗੱਲ ਸੱਚੀ ਹੈ ਕਿ ਨਹੀਂ? ਨਹਾਤੇ ਆ? ਨਹਾਤੇ ਆਣੇ, ਮਜ਼ਾਕ ਲੱਗਾ ਕਰਨ। ਚਾਚੂ ਇੰਨੀ ਕਿਉਂ ਹੁੰਦਿਆਂ ਜੇ ਨਾ ਬੜੇ ਸੋਹਣੇ ਹਨ ਤੇ ਹੁਣ ਜ਼ਿਆਦਾ ਰਿਐਕਟ ਕਰਦੇ ਨੇ ਨਾਰਮਲ ਇੰਝ, ਮਤਲਬ ਜੇ ਨਾ ਤੁਸੀਂ ਕਮੈਂਟ ਆਉਂਦੇ ਨੇ, ਨਸ਼ਈ ਨੇ, ਸਿਗਰਟ ਪੀਂਦੇ, ਚੜਸ ਪੀਂਦੇ ਨੇ ਤੇ ਘੁੱਟ ਵਗੈਰਾ ਦਮ ਵਾਲਾ ਪਾਣੀ ਪੀਂਦੇ ਨੇ। ਪੀਂਦੇ ਹੋ? ਕੀ ਪੀਂਦੇ ਹੋ? ਬੋਤਲ ਪੀਂਦੇ ਆ। ਬੋਤਲ ਪੀਂਦੇ ਨੇ? ਬੋਤਲ, ਦੂਜੀ ਬੋਤਲ ਨਹੀਂ। ਇਹ ਚਾਰ ਝੋੜੀ ਮਤਲਬ ਨਾ ਸਿਗਰਟ ਪੀਂਦੇ ਨੇ ਨਾ ਕੁਛ ਨਸ਼ਾ ਵਗੈਰਾ, ਕੁਛ ਨਹੀਂ ਕਰਦੇ। ਬਸ ਜੀ ਨਿੱਕੀਆਂ ਹੁੰਦੀਆਂ ਸੋਹਣੇ ਹਨ, ਇੰਨੇ ਸੋਹਣੇ ਹਨ, ਇੰਨੇ ਸੋਹਣੇ ਹਨ। ਬਾਹਰ ਮੱਝਾਂ ਮੁੱਝਾਂ ਚਾਰਾਂ 'ਚ ਆਉਂਦੇ ਹਨ ਅਤੇ ਅੰਮੀ ਹੋਰੀ ਦੱਸਦੇ ਨੇ ਕਿ ਜੇ ਨਾ ਉੱਥੋਂ ਹੀ ਮਤਲਬ ਜੇ ਨਾ ਕੋਈ ਸਾਇਆ ਹੋ ਗਿਆ, ਕੋਈ ਚੀਜ਼ਾਂ ਚਾਚੂ ਚੰਬਰ ਗਈਆਂ ਹਨ। ਜੇ ਹੁਣ ਡੈਣਾ ਨਹੀਂ ਕਹਿਣ ਡੇ ਕਿ ਮੈਂ ਡੈਣ ਨੂੰ ਚੰਬੜ ਜਾਣਾ, ਇੰਝ ਹੀ ਕੋਈ ਜਿਹਾ ਚੀਜ਼ਾਂ ਚੰਬੜ ਗਈਆਂ ਹਨ ਅਤੇ ਉਦੋਂ ਜੇ ਨਾ ਇੰਝ ਹੀ ਨਾਰਮਲ ਨੇ ਅਤੇ ਉਦੋਂ ਇਲਾਜ ਵੀ ਬਥੇਰਾ ਕਰਾਏ। ਉਦੋਂ ਪਹਿਲੇ ਜ਼ਮਾਨੇ ਹਨ, ਇੰਨਾ ਕਿੱਥੇ ਜਦੀਦ ਦੌੜ ਸੀ, ਦਮ ਸ਼ਮ ਕਰਾਏ, ਬਥੇਰਾ ਕੁਛ ਕਰਾਇਆ। ਪਰ ਜੇ ਨਾ ਉਦੋਂ ਦੇ ਜੇ ਨਾ ਇੰਝ ਹੀ ਹੋ ਗਏ ਨੇ। ਇਹ ਸਟੋਰੀ ਜੇ ਨਾ ਬੁਰਾ ਗੋਲੀ ਪੁੱਛਾਂਗੇ, ਫੁੱਲ ਸਟੋਰੀ ਦੱਸਾਂਗੇ ਚਾਚੂ ਹੋਰਾਂ ਦੀ। ਇੱਕ ਵਾਰੀ ਪਹਿਲਾਂ ਵੀ ਸੁਣਾਈ ਸੀ, ਉਹ ਲੋਕ ਨਹੀਂ ਵੇਖਿਆ, ਤੂੰ ਵੀ ਵੇਖੋ। ਚੌੜੀ ਸਾਹਿਬ ਲਿਆ ਗਿਆ, ਇੱਥੇ ਬਹਿ ਗਏ ਤੁਸੀਂ, ਮੇਰੇ ਲਈ ਲਿਆ ਗਿਆ। ਲੈ ਇੱਥੇ ਪਹਿਲਾਂ ਹੀ ਬੈਠੇ ਹੋਏ ਨੇ। ਕੀ ਹਾਲ ਹੈ ਸਾਹਿਬ? ਰਸ਼ਕਾ ਲੱਭ ਗਿਆ ਸੀ? ਅਸੀਂ ਤਾਂ ਪ੍ਰੈਂਕ ਕਰਨ ਲੱਗੇ ਹਾਂ, ਤੁਸੀਂ ਫੇਲ ਹੀ ਕਰਤਾ ਸੀ ਪ੍ਰੈਂਕ। ਕਿੱਥੇ ਲੱਭਿਆ? ਕਿਸੇ ਦਿਨ ਹੁਣ ਵੇਚ ਆਉਣਾ ਸੀ ਮੈਂ ਘਰ। ਮੈਂ ਰਸ਼ਕਾ, ਮੇਰਾ ਕਿਹੜਾ ਬੰਦਾ ਲੈ ਗਿਆ? ਫੇਰ ਮੈਂ ਘਰ ਜਾ ਪੁੱਛਿਆ, ਮੈਂ ਕਿਹਾ ਤੂੰ ਕਿੰਨੇ ਖਰੇ ਜਾਣੇ? ਮੈਂ ਕਹਿੰਦਾ ਪਾਪਾ ਜੀ ਹਮਦਾ ਆਹੋ ਜਾਇਆ। ਮੈਂ ਕਿਹਾ ਉਹਨਾਂ 'ਚ ਸਵਾ ਫਿਰ ਕਿਸੇ ਨਹੀਂ ਖਰੇ ਲੈ ਕੇ ਗਿਆ। ਸੋ ਗਿਆ ਘਰ ਘਲਾ ਰਹੇ ਜਿਹੀ ਲਗਾਣ ਲੱਗੇ ਹਾਂ। ਮੈਂ ਤੇ ਆ ਗਿਆ ਫਿਰ ਬੱਠਾ ਬਈ, ਮੈਂ ਪੁੱਛਿਆ ਕਿ ਤੁਰ ਗਿਆ? ਢਿੱਡ ਚ ਬੰਨ ਛੇ ਠੀਕ ਹੈ ਬਾਈ। ਬਦਾਮਾਂ ਤੇ ਗਿੜੀਆਂ, ਬਦਾਮਾਂ ਮਿੱਠੇ ਚਾਵਲ ਵੀ ਇਸ ਵੇਲੇ ਮੈਨੂੰ ਲੱਗਾ ਸੀ ਲੂਣੇ ਨੇ ਮਿੱਠੇ, ਹੁਣ ਮੈਂ ਕੋਈ ਨੇ ਖਾਧੇ ਨੀ ਜਾਣੇ। ਯਮ ਯਮ ਯਮ। ਹਾਂਜੀ ਬਾਈ, ਨਹੀਂ ਬਾਈ ਬੜੇ ਚਾਵਲ ਆ, ਭੁੱਖੇ ਹੋ ਤੁਸੀਂ ਸਾਰੀ ਜ਼ਿੰਦਗੀ ਦੇ?
ਭੁੱਖੇ ਹੋ ਪੂਰੀ ਜ਼ਿੰਦਗੀ ਤੇ ਖਾਓ ਖਾਓ। ਲਓ ਜੀ ਸਾਡੇ ਪਿੰਡ ਦੇ ਭੁੱਖੇ ਜਾਣੇ ਵੀ ਆ ਗਏ। ਦਰਬਾਰ ਦੇ ਚੌਲ ਪੱਕੇ ਹਨ, ਤੁਸੀਂ ਗਏ ਨੀ ਖਾਣ? ਕੀ ਹੋਇਆ, ਕੌਣ ਬਿਮਾਰ ਹੋ ਗਿਆ? ਤੈਨੂੰ ਟੀਕਾ ਲੱਗਾ? ਰੋਣ ਲੱਗ ਪਿਆ ਸੀ, ਕਿੰਜ ਰੋਂਦਾ ਸੀ? ਹੈਂ, ਪਹਿਲਾਂ ਹੀ ਰੋਣ ਲੱਗ ਪਿਆ ਸੀ? ਉਹ ਤੇਰੀ ਪੈਂਟ ਪਾਟ ਗਈ ਆ, ਪਹਿਲਾਂ ਹੀ ਪਾਟੀ ਹੈ। ਠੀਕ ਹੈ ਬਾਈ, ਦਰਬਾਰ ਚੌਲ ਪੱਕੇ ਨੇ, ਤੁਹਾਡੇ ਮਿਸ ਹੋ ਗਿਆ ਪ੍ਰੋਗਰਾਮ। ਅਸੀਂ ਗੰਦੋ ਹੀ ਨੀ ਨਾ ਗਾਓ। ਆਜੋ ਜੀ ਹੁਣ ਤੁਹਾਨੂੰ ਗੰਦਮ ਵਹਾਨਾ। ਕੱਲ ਜਿਹੜੀ ਆਈ ਹੈ ਸਾਡੀ 3 ਏਕਰਾਂ ਦੇ ਵਿੱਚੋਂ 3 ਕਿੱਲੇ ਨੇ, ਉਹਦੇ ਵਿੱਚੋਂ ਕਿੰਨੀ ਗੰਦਮ ਨਿਕਲੀ ਹੈ ਅਤੇ ਬੋਹੜੀ ਵੀ ਆ ਗਏ। ਚਲੋ ਰੇਟ ਵੀ ਪੁੱਛਦੇ ਹਾਂ ਕੀ ਨਿਕਲਿਆ ਇਸ ਸਾਲ ਦਾ ਅਤੇ ਇਹਦਾ ਕੀ ਕਰਨਾ, ਇਹ ਵੀ ਪੁੱਛਦੇ ਹਾਂ। ਇਹ ਜੀ ਮਾਸ਼ਾਅੱਲਾ ਜੀ ਟੋਟਲ ਗੰਦਮ, ਅਤੇ ਲੋਕਾਂ ਦੀ ਜੈਨ ਆ ਭਰੋਲੇ ਨਾਲ ਵੱਡੀ ਗੰਦਮ ਦੇ ਵਿੱਚ ਮਿੱਟੀ ਬੜੀ ਹੁੰਦੀ ਹੈ ਮਾਸ਼ਾਅੱਲਾ, ਸਾਡੀ ਗੰਦਮ ਦੇ ਵਿੱਚ ਘੱਟ ਹੀ ਹੈ, ਮਤਲਬ ਤਕਰੀਬਨ ਥੋੜ੍ਹੀ ਥੋੜ੍ਹੀ ਹੈ, ਹੈ ਨਾ, ਥੋੜ੍ਹੀ ਬਹੁਤੀ ਹੈ ਵੇ, ਬਾਕੀ ਸਾਫ਼ ਸੁਥਰੀ। ਅਤੇ ਇਹ ਨਿਕਲੀ ਜੀ 3 ਏਕੜ ਦੇ ਵਿੱਚੋਂ। ਅਬੂ ਜੀ ਹੋਰਾਂ ਜਿਹੜਾ ਪੁੱਛਦੇ ਆ ਟੋਟਲ ਗੰਦਮ ਸਾਡੀ ਕਿੰਨੀ ਕੁ ਹੋਣੀ ਹੈ। ਅਬੂ ਜੀ ਕਿੰਨੀ ਕੁ ਹੋਣੀ ਹੈ ਭਲਾ? 140 ਮਾਣ। ਅਤੇ ਵਿੱਚੋਂ ਸੇਲ ਕਿੰਨੀ ਕਰਨੀ ਹੈ? ਸੇਲ ਜਿੰਨੀ ਮਰਜ਼ੀ ਕਰ ਲਓ, ਆਪਣੀ ਰੱਖ ਕੇ ਦੂਜੀ ਸੇਲ ਕਰ ਛੱਡਿਓ, ਖਾਣ ਜੋਗੀ ਰੱਖ ਕੇ। ਆਹੋ, ਤੇ ਰੇਟ ਕੀ ਨਿਕਲਿਆ ਐਤਕੀ? ਰੇਟ ਅਜੇ ਤੇ ਕੱਖ ਵੀ ਨਹੀਂ ਆ, 3-3500 ਦੱਸਦੇ ਨੇ। ਅੱਛਾ ਜੀ, ਘੱਟ ਰੇਟ ਹੈ। ਆਹੋ, 3-3500 ਰੁਪਈਆ ਥੋੜ੍ਹਾ ਥੋੜ੍ਹਾ ਹੀ ਆ ਕਿ ਹੋਰ, 8-10 ਹਜ਼ਾਰ ਦੀ ਤਾਂ ਖਾਦ ਦਾ ਤੋੜਾ ਅਤੇ ਦਵਾਈਆਂ ਪਾਣੀ 14 ਹਜ਼ਾਰ ਦਾ DAP ਦਾ, ਅਤੇ ਦਵਾਈਆਂ ਅਤੇ ਪਾਣੀ ਅਤੇ ਖਾਦਾਂ ਅਤੇ ਡੀਜ਼ਲ ਤੇਲ। ਰੇਟ ਘੱਟ, ਬੰਦੇ ਪੁੱਛਦੇ ਕੋਈ ਨਹੀਂ ਪਿਆ, ਕੋਈ ਲੈਣ ਨਹੀਂ ਦਿਆ ਕੋਈ ਤੇ। ਚਲੋ ਵੇਖੋ ਫਿਰ ਜੋ ਕਰਾਂਗੇ ਤਾਂ ਦੱਸਾਂਗੇ ਤੁਹਾਨੂੰ। ਆਹ ਚਲੋ ਜੋ ਹੋਇਆ ਹੋਵੇ ਵੇਖੀ ਜਾਏ ਜੀ। ਹਾਂ, ਮੁੰਜੀ ਵਾਲਾ ਹਿਸਾਬ ਹੈ। ਮੁੰਜੀ ਅਜੇ ਤੋੜੀ ਨੇ ਕੋਈ ਪੁੱਛੀ ਕਿਸੇ ਨੇ? ਮੁੰਜੀ ਵੀ ਨਹੀਂ ਕੋਈ ਖੜੀ ਗਏ ਨੇ। ਹਾਂ, ਅੰਦਰ ਹੀ ਪਈ ਹੈ ਸਾਡੀ, ਸਾਡੀ ਪਈ ਅੰਦਰ। ਆਹ ਦੇੜੀ ਪੈਸਾ ਹੀ ਨਹੀਂ ਲੱਭਾ ਕੋਈ, ਜੀ ਪਈ ਹੋਈ ਨਾ ਮੁੰਜੀ ਜੇ ਬੇਸੇਲ ਕੀਤੀ ਤਾਂ ਪੈਸਾ ਹੀ ਨਹੀਂ ਲੱਭਿਆ ਜੀ ਅਸੀਂ ਤਾਂ। ਸਹੀ ਹੈ ਬਾਈ, ਤੁਹਾਨੂੰ ਪਤਾ ਸਾਡੀ ਚਾਵਲ ਦੀ ਫਸਲ ਜਿਹੜੀ ਵਢਾਈ ਸੀ ਉਦੋਂ ਅਸੀਂ ਠੇਕੇਦਾਰ ਨੂੰ ਜਿਹੜਾ ਸੇਲ ਕਰ ਦਿੱਤੀ, ਮਤਲਬ ਜਿਹੜਾ ਪਿੰਡ ਚੋਂ ਮੁੰਜੀ ਇਕੱਠੀ ਕਰਦਾ ਫਿਰ ਵੱਡੇ ਜਿਹੜਾ ਗੋਦਾਮਾਂ ਜਾਂਦੀ ਹੈ ਉਹਨੇ ਸਾਡੇ ਕੋਲ ਲਈ ਹੈ, ਪਰ ਉਹਦੀ ਅੱਗੋਂ ਸੇਲ ਹੋਏਗੀ ਅਤੇ ਉਹ ਸਾਨੂੰ ਪੈਸੇ ਦੇਗਾ ਨਾ, ਅਤੇ ਉਹ ਪੈਸੇ ਨਹੀਂ ਦਿੱਤੇ ਸਾਨੂੰ ਨਾ ਚਾਵਲ ਦੀ ਫਸਲ ਦੇ, ਅੱਗੋਂ ਸਾਡੀ ਗੰਦਮ ਦੀ ਫਸਲ ਵੀ ਘਾੜ ਆ ਗਈ ਹੈ, ਅਤੇ ਇਹਦਾ ਵੀ ਕੀ ਕਰਨਾ ਕੋਈ ਪਤਾ ਨਹੀਂ, ਨਾ ਕੋਈ ਰੇਟ ਸਹੀ ਲੱਗਣ ਡਿਆ, ਮਤਲਬ ਨਾ ਰੇਟ ਘੱਟ ਕਰਤਾ, ਅਤੇ ਵੇਖੋ ਹੁਣ ਕਿਸਾਨ ਦਾ ਕੀ ਬਣਦਾ, ਇੰਨੇ ਖਰਚੇ ਦਵਾਈਆਂ ਖਾਦਾਂ ਪਾਣੀ, ਮਤਲਬ ਖਰਚੇ ਵੀ ਨਹੀਂ ਪੂਰੇ ਹੋਣ ਦੇ ਲੋਕਾਂ ਦੇ, ਅਤੇ ਕਿਸਾਨ ਨੇ ਤਾਂ ਫਿਰ ਮਰਨਾ ਹੀ, ਹੋਰ ਫਿਰ ਕੀ ਕਰਨਾ ਵਿਚਾਰੇ ਨੇ। ਬਾਕੀ ਚਲੋ ਅੱਲਾ ਖਿਆਲ ਕਰੇ, ਅੱਲਾ ਇਹਨਾਂ ਨੂੰ ਹਦਾਇਤ ਦੇ ਕੁਛ, ਇਹਨਾਂ ਦਿਮਾਗ 'ਚ ਕੋਈ ਚੀਜ਼ ਪਾਏ, ਇਹ ਆਪ ਹੀ ਇੱਥੇ ਆਣ ਕੇ ਮਿਹਨਤ ਕਰਨ ਪੈਲੀਆਂ ਦੇ ਵਿੱਚ, ਉਹਨਾਂ ਨੂੰ ਆਪ ਹੀ ਉਗਾਉਣੀ ਪਏ, ਇਹਨਾਂ ਵੱਢਣੀ ਪਏ, ਪਾਣੀ ਲਾਉਣੇ ਪੈਣ, ਸਭ ਕੁਛ ਕਰਨਾ ਪਏ, ਇਹਨਾਂ ਨੂੰ ਅਹਿਸਾਸ ਹੋਏ ਕਿ ਇੰਨੀ ਮਿਹਨਤ ਹੁੰਦੀ ਹੈ। ਬਾਕੀ ਚਲੋ ਕੀ ਕਹਿ ਸਕਦੇ ਹਾਂ, ਅੱਜ ਦਾ ਖੂਬਸੂਰਤ ਸਨਸੈਟ ਹੋ ਜਾਂਦਾ ਜੇ ਐਂ ਜੀ, ਜਿਵੇਂ ਸਾਡੀਆਂ ਦਿਹਾੜੀਆਂ ਲੰਘੀ ਜਾਣ ਡੀਆਂ, ਅਤੇ ਗੰਦਮ ਸਾਡੀ ਘਰ 'ਚ ਅਲਹਮਦੁਲਿਲਾ ਆ ਗਈ ਹੈ, ਹਜੇ ਐਂ ਜੀ ਪਈ ਹੈ, ਨਹੀਂ ਤਾਂ ਪਿਛਲੀ ਦਫ਼ਾ ਜੇ ਹੈ ਨਾ 4-5 ਹਜ਼ਾਰ ਤੋਂ ਰੇਟ ਸੀ, ਅਤੇ ਚੁੱਕੀ ਜਾਣਦੇ ਹਾਂ ਜੇ ਹੈ ਨਾ ਠੇਕੇਦਾਰ,
ਪੱਲੇਦਾਰ ਚੁੱਕੀ ਜਾਣ ਡੇ ਹਨ, ਬਾਹਰੋਂ ਪੈਲੀਆਂ ਚ ਹੀ ਆਉਂਦੇ ਹਨ, ਸਾਨੂੰ ਦੇ ਦਿਓ, ਸਾਨੂੰ ਸੇਲ ਕਰ ਦਿਓ, ਐਤਕੀ ਰੇਟ ਨਹੀਂ ਨਾ ਕੋਈ ਪੁੱਛ ਨਹੀਂ ਰਿਹਾ ਗੰਦਮ ਨੂੰ, ਸਾਰੇ ਕਿਸਾਨਾਂ ਦੀ ਕੋਲ ਪਈ ਹੈ, ਨਾ ਖਰਚੇ ਪੂੜੇ ਅਤੇ ਨਾ ਕੁਛ ਨਾ ਕੁਛ, ਬੰਦਾ ਕੀ ਕਹੇ।